ਅਸੀਂ ਜੀ ਢੋਲ ਸਦਾਇਆ ਵਿਸਾਖੀ ਦਾ, ਅੱਜ ਕਣਕ ਨੂੰ ਹੱਥ ਲਾਇਆ ਤੇ ਤੁਸੀਂ ਕਹੋਗੇ ਵੀ ਢੋਲ ਵਜਾ ਰਿਹਾ ਤੇ ਤੁਸੀਂ ਝੂਮਰ ਨਹੀਂ ਪਾ ਰਹੇ। ਉਹ ਗੱਲ ਅਸਲ ਚ ਏਦਾਂ ਵੀ ਝੂਮਰ ਵਾਲਾ ਰੇਟ ਨਹੀਂ ਹੈ ਕਣਕ ਦਾ, ਝੂਮਰ ਵਾਲਾ ਰੇਟ ਹੁੰਦਾ ਨਾ ਤੇ ਅਸੀਂ ਝੂਮਰ ਵੀ ਪਾਉਂਦੇ ਤੇ ਉਹ ਅੰਦਰੋਂ ਤਾਂ ਕਿਸਾਨ ਵਿਚਾਰੇ ਦੁਖੀ ਆ। ਅਸੀਂ ਤਾਂ ਸਿਰਫ ਇਹ ਇੱਕ ਜਿਹੜੀ ਬਜ਼ੁਰਗਾਂ ਦੀ ਉਹ ਖੁਸ਼ੀ ਦਾ ਆਧਾਰ ਹੁੰਦਾ, ਸ਼ੁਕਰਾਨਾ ਹੁੰਦਾ ਫਸਲ ਪਾਕੀ। ਅੱਜ ਵਿਸਾਖੀ ਦਾ ਤਾਂ ਪਹਿਲੀ ਹੋਣੀ ਵਾਹਵਾ ਦਿਨ ਹੋ ਗਿਆ। ਅਸੀਂ ਕਣਕ ਸਾਡੀ ਪੱਕੀ ਅਸੀਂ ਅੱਜ ਹੱਥ ਲਾਇਆ। ਸਿਆਣੇ ਕਹਿੰਦੇ ਵੀ ਪਹਿਲਾਂ ਕਣਕ ਦੀ ਵਾਢੀ ਹੁੰਦੀ ਸੀ, ਹੁਣ ਤਾਂ ਮਸ਼ੀਨਾਂ ਆ ਗਈਆਂ, ਹੱਥਾਂ ਨਾਲ ਬੰਦੇ ਵੱਢਦੇ ਹੁੰਦੇ ਸੀ ਤੇ ਫਿਰ ਉਹ ਬੰਨ ਕੇ ਭਰੀਆਂ ਲਾਣੀਆਂ, ਫਿਰ ਪੇੜ ਲਾਣਾ। ਹਾਂਜੀ, ਤੇ ਪੇੜ ਵੀ ਉਹ ਲਾਣਾ ਵੀ ਜਿੱਥੇ ਉਹ ਫੜਾ ਲੱਗਦਾ ਸੀ ਢੱਗਿਆਂ ਦਾ, ਢੱਗਿਆਂ ਨਾਲ ਚਾਰ ਬਾਹੀਆਂ ਲਾਉਂਦੇ ਸੀ ਸਾਡਾਂ ਤੇ। ਹਾਂ, ਚਾਰ ਬਾਹੀਆਂ ਲਾ ਕੇ ਢੱਗੇ ਟੋਰਨੇ, ਢੱਗੇ ਟੋਰ ਕੇ ਪੈਰਾਂ ਨਾਲ ਮਿੱਧ ਕੇ ਤੇ ਫਿਰ ਉਹ ਛੱਜਾਂ ਦੇ ਨਾਲ ਆ ਕੇ ਅਡਾਣੀ, ਕਾਮਿਆਂ ਨੇ ਆ ਕੇ ਫਿਰ ਉਹ ਛੱਜਾਂ ਦੇ ਨਾਲ ਅਡਾਣੀ, ਤਰੰਗਲੀਆਂ ਵੀ ਹੁੰਦੀਆਂ ਸੀ, ਛੱਜ ਵੀ ਹੁੰਦੇ ਸੀ ਤੇ ਉਹਨਾਂ ਦਿਨਾਂ 'ਚ ਹਵਾ ਚੱਲਣੀ ਤੇ ਉਹ ਦਾਣੇ ਵੱਖਰੇ ਕਰ ਲੈਣੇ, ਤੂੜੀ ਵੱਖਰੇ ਕਰ ਲੈਣੀ, ਦਾਣਿਆਂ ਦਾ ਬਹੁਤ ਲੱਗ ਜਾਣਾ ਤੇ ਤੂੜੀ ਦੀ ਧਾੜ ਲੱਗ ਜਾਣੀ। ਫਿਰ ਉਹ ਐਸਾ ਸਮਾਂ ਸੀ ਬਈ ਉਹ ਦਾਣਿਆਂ ਦੇ ਵਿੱਚ ਫਿਰ ਪੂਰੇ ਪਿੰਡ ਦੇ ਬਾਲ ਆ ਕੇ ਉਹ ਰੇੜੀ ਲੈਂਦੇ, ਚੰਗੇ ਚੰਗੇ ਅਸੀਂ ਵੀ ਜਾ ਕੇ ਲੈਂਦੇ ਰਹੇ ਹਾਂ। ਉਹਦੇ 'ਚ ਇਹ ਨਹੀਂ ਹੁੰਦਾ ਸੀ ਵੀ ਸਿਰਫ ਗਰੀਬਾਂ, ਸਾਰੇ ਪਿੰਡ ਦੇ ਮੁੰਡੇ ਆ ਕੇ ਸਾਰਿਆਂ ਦੇ ਆ ਕੇ ਲੈਂਦੇ ਹੁੰਦੇ ਸੀ ਤੇ ਐਸੇ ਉਹ ਸਖਾਵਤ ਵਾਲੇ ਜ਼ਿਮੀਦਾਰ ਹੁੰਦੇ ਸੀ ਵੀ ਸਾਰੇ ਨਿਆਣਿਆਂ ਨੂੰ ਐਡੀ ਢੇਰੀ ਪਿੱਛੇ ਬਚਾ ਲੈਣੀ ਵੀ ਸਿਰਫ ਰੇੜੀ ਰੇੜੀ 'ਚ ਦੇਣੀ, ਕਈ ਮਾਣ ਦੇਣੀ, ਉਹ ਬਿਸਮਿਲਾ ਕੱਢਣੀ, ਮਸੀਤ ਦੇ ਕੱਢਣੇ, ਮਦਰਸੇ ਦੇ ਕੱਢਣੇ, ਦਰਬਾਰ ਦੇ ਕੱਢਣੇ, ਨਜ਼ਰ ਨਿਆਜ਼, ਖੈਰ ਖਰਾ ਸਾਰੀ ਵਿੱਚੋਂ ਕੱਢਦੇ ਹੁੰਦੇ ਸੀ। ਫਿਰ ਉੱਥੇ ਲੁਹਾਰ ਦੇ ਕੱਢਦੇ ਹੁੰਦੇ ਸੀ, ਤਰਖਾਣ ਦੇ ਕੱਢਦੇ ਸੀ, ਨਾਈ ਦੇ ਕੱਢਦੇ ਸੀ, ਉਹ ਵੀ ਖੇਤ ਦੇ ਵਿੱਚੋਂ ਹੀ ਉਹਨਾਂ ਨੂੰ ਦਿੰਦੇ ਸੀ। ਬਾਕੀ ਜਿਹੜੇ ਬਚਦੇ ਸੀ ਆਪਣੇ ਗੱਲੇ ਨੂੰ, ਆਪਣੇ ਨਾਜ ਨੂੰ, ਆਪਣੇ ਰਿਜ਼ਕ ਨੂੰ ਪਾਕ ਕਰਕੇ ਘਰੇ ਲਿਜਾ ਕੇ ਰੱਖਦੇ ਹੁੰਦੇ ਤੇ ਫਿਰ ਪਿੱਛੇ ਸਿੱਟੇ ਚੁੱਕਣੇ, ਸਿੱਟੇ ਚੁੱਕ ਕੇ ਵੀ ਕੁੱਟ ਕੇ ਤੇ ਉਹ ਫਿਰ ਜਾ ਕੇ ਦੁਕਾਨਾਂ ਤੇ ਵੇਚਣੇ। ਉਸ ਟਾਈਮ ਨਿੱਕੇ ਨਿੱਕੇ ਹੁੰਦੇ ਸੀ ਨਾ ਤੇ ਅਸੀਂ ਜਾ ਕੇ ਉਹ ਜਿਸ ਟਾਈਮ ਦਾਣੇ ਮੰਗਣੇ ਨਾ ਰੇੜੀ ਤੋਂ, ਆਪ ਦਾ ਹਿੱਸਾ ਵੀ ਮੰਗਣਾ, ਵੀ ਮੇਰੀ ਭੈਣ ਦਾ ਵੀ ਦੇ ਦੇ, ਫਿਰ ਕੋਈ 11ਵੀਂ ਦੀ ਕਿਤੇ ਕੋਈ ਸ਼ਾਇ ਵੰਡੀਣੀ ਤੇ ਉਹ ਵੀ ਜਾ ਕੇ ਕਹਿਣਾ ਜੀ ਮੇਰਾ ਹਿੱਸਾ ਦੇ ਦੇ ਤੇ ਮੇਰੀ ਭੈਣ ਦਾ ਵੀ ਦੇ ਦੇ। ਦੁਕਾਨ ਤੇ ਜਾਣਾ ਤੇ ਉਹ ਇੰਨੇ ਕੁ ਦਾਣੇ ਹੁੰਦੇ ਸੀ, ਉਹ ਬਿਸਕੁਟੀਆਂ, ਟਾਂਗਰਾਂ ਤੇ ਉਹ ਜਲੇਬੀਆਂ ਹਰ ਸ਼ਾ ਲੈ ਕੇ ਵੀ ਉਹ ਕਹਿੰਦੇ ਸੀ ਕੋਈ ਪੈਸਾ ਟਕਾ ਮਰੁੰਡਾ ਵੀ ਲੈਂਦੇ, ਪੈਸਾ ਟਕਾ ਵੱਜ ਜਾਣਾ ਨਾ, ਕਹਿੰਦੇ ਵੀ ਹੁਣ ਦੱਸ ਕੇ ਆਖਿਆ ਜੀ ਇਹ ਮੇਰੇ ਭੈਣ ਵਾਸਤੇ, ਭੈਣ ਵੀ ਐਸਾ ਭਲਾ ਦੌਰ ਸੀ ਵੀ ਭਰਾ ਭੈਣਾਂ ਦਾ ਹਿੱਸਾ ਮੰਗਦੇ ਹੁੰਦੇ, ਹੁਣ ਖਾ ਜਾਂਦੇ, ਹੁਣ ਖਾ ਜਾਂਦੇ, ਹੁਣ ਪਤਾ ਵੀ ਨਾ ਹੁਣ ਤੁਹਾਡੇ ਟੋਭੇ ਦੇ ਵਿੱਚ ਹੀ ਕਿੱਡਾ ਜ਼ੁਲਮ ਹੋਇਆ। ਹਾਂਜੀ, ਬਹੁਤ। ਮੈਂ ਕਹਿੰਦਾ ਸਾਰੇ ਦੁਨੀਆਂ ਦੇ ਜਿਹੜੇ ਭਰਾ ਤੇ ਪਿਓ ਦੇ ਸਿਰ ਨੀਵੇਂ ਕਰਤੇ, ਉਹ ਪਿਓ ਨੇ ਤੇ ਭਰਾ ਨੇ ਜਿਹੜੀ ਉਹ ਧੀ ਮਾਰੀ ਤੇ ਉਹ ਸਾਡੇ ਸ਼ਰਮ ਨਾਲ ਸਿਰ ਨੀਵੇਂ ਕਰਤੇ ਤੇ ਉਹ ਦੌਰ ਸੀ ਬੜਾ ਭਲਾ ਦੌਰ ਸੀ। ਹੁਣ ਵਿਸਾਖੀ ਦਾ ਤੁਸੀਂ ਵੇਖ ਰਹੇ ਅਸੀਂ ਢੋਲ ਵਜਾ ਰਹੇ, ਅਸੀਂ ਅੰਦਰੋਂ ਟਿੱਡੋ ਰਾਜੀ ਨਹੀਂ ਹੈਗੇ, ਉਹ ਖੁਸ਼ ਨਹੀਂ ਹੈਗੇ ਉਹ ਜਿੱਦਾਂ, ਪਰ ਫਿਰ ਏਦਾਂ ਨਾ ਸ਼ੁਕਰੀ ਹੁੰਦੀ ਸੀ ਜਿੱਦਾਂ ਸਾਡੇ ਬਜ਼ੁਰਗ ਵਿਸਾਖੀ ਸ਼ੁਰੂ ਕਰਦੇ ਸੀ, ਵਾਢੀ ਸ਼ੁਰੂ ਕਰਦੇ ਸੀ ਤੇ ਉਦਾਂ ਹੀ ਅਸੀਂ ਸ਼ੁਰੂ ਕੀਤੀ ਆ ਢੋਲ ਵਜਾ ਕੇ, ਉਹ ਇੱਕ ਖੁਸ਼ੀ ਦਾ ਆਧਾਰ ਕੀਤਾ, ਸ਼ੁਕਰਾਨਾ ਕੀਤਾ, ਸਾਡੀ ਫਸਲ ਪਾਗੀ, 6 ਮਹੀਨਿਆਂ ਦੀ ਮਿਹਨਤ। ਹਾਂਜੀ, ਤੇ ਸਾਡੇ ਕੋਲ ਅੱਜ ਉਂਝ ਵੀ ਪਰਾਹੁਣੇ ਆਏ ਹੋਏ ਸੀਗੇ ਐਤਵਾਰ ਦਾ ਦੇਣਾ ਤੇ ਅਸੀਂ ਫਿਰ ਰਲ ਕੇ ਅੱਜ ਹੱਥ ਲਾਇਆ ਤੇ ਦੁਹਾੜਾ ਕਵੱਡਿਆ ਵੀ ਹੋਇਆ।
ਇਹਦੇ ਵਾਸਤੇ ਅਸੀਂ ਅਪੀਲ ਕਰਦੇ ਹਾਂ ਜੀ ਕਿ ਗੌਰਮੈਂਟ ਨੇ ਜਿਹੜਾ ਰੇਟ ਕੱਢਿਆ ਸੀ ਨਾ ਜੀ 3900 ਰੁਪਇਆ, ਉਹਦੇ ਤੇ ਹੁਣ ਲੈ ਨੀ ਰਿਹਾ ਜੀ, ਲੈ ਨੀ ਰਿਹਾ ਹੁਣ ਕੋਈ ਆ ਜਾਂਦਾ ਕਹਿੰਦਾ ਲੈ ਲਓ 3200, ਕੋਈ ਕਹਿੰਦਾ ਲੈ ਲਓ 3400 ਲੈ ਲਓ ਜੀ, ਕੋਈ 3200 ਦੱਸਦਾ ਕੋਈ 3400 ਦੱਸਦਾ, ਜ਼ੁਲਮ ਧੱਕਾ ਹੋ ਰਿਹਾ, ਧੱਕਾ ਹੋ ਰਿਹਾ ਜੀ, ਜ਼ਿਮੀਦਾਰ ਨੇ ਤਾਂ 6 ਮਹੀਨੇ ਇਹ ਮਸਾਂ ਪਕਾ ਕੇ ਹੁਣ ਵੱਢੀ ਆ ਜੀ, ਹੁਣ ਕੋਈ ਲੈਂਦਾ ਕੋਈ ਨੀ। ਹਾਂਜੀ ਅੱਛਾ, ਇਹ ਅਸੀਂ ਰਸਮ ਨੇ ਬਾਈ ਤੁਸੀਂ ਕਹਿੰਦੇ ਕਿ ਵੀ ਚਿੱਟੇ ਸੂਟ ਪਾ ਕੇ ਭਲਾ ਕਣਕ ਵੱਢੀ ਜਾਂਦੀ, ਇਹ ਮਾਲਕ ਨੇ ਆਪਦੀ ਡਿਊਟੀ ਲਾਈ ਆ। ਅਸੀਂ ਦਸੰਬਰ ਜਨਵਰੀ ਦੇ ਵਿੱਚ ਠੰਡ ਦੀਆਂ ਰਾਤਾਂ 'ਚ ਸੱਪਾਂ ਦੀਆਂ ਸਿਰੀਆਂ, ਉਦੋਂ ਤਾਂ ਸੱਪ ਵੀ ਨਹੀਂ ਕੁੜ ਚੋਂ ਨਿਕਲਦਾ, ਇੰਨੀ ਠੰਡ ਹੁੰਦੀ, ਉਹ ਡਿਊਟੀ ਅਸੀਂ ਆਪਣੀ ਦਿੱਤੀ ਆ। ਹੁਣ ਜਿਹੜੇ ਵਾਢੀ ਕਰਨ ਵਾਲੇ ਉਹ ਆਪਦੀ ਡਿਊਟੀ ਦਿੰਦੇ, ਬਲਕਿ ਮੈਂ ਕਹੂੰਗਾ ਜਿਹੜੇ ਬੰਦੇ ਸਾਡੇ ਹੈ ਨਾ ਜਿਹਨਾਂ ਕੋਲ ਆਪਦੀ ਜ਼ਮੀਨ ਦੀ ਵਾਢੀ ਕਰੋ, ਆਪਦੇ ਸਾਲ ਦੇ ਦਾਣੇ ਬਣਾਓ, ਕਿਸੇ ਦੇ ਮੂੰਹ ਵੱਲ ਨਾ ਦੇਖੋ। ਪਰ ਇੱਥੇ ਗਰੀਬੀ ਦਾ ਰੋਣਾ ਮੇਰੇ ਤਰ੍ਹਾਂ ਰੋਣ ਵਾਲੇ ਬਹੁਤ ਆ, ਕੰਮ ਕਰਨ ਵਾਲਾ ਕੋਈ ਮਜ਼ਦੂਰ ਨਹੀਂ ਲੱਭਦਾ, ਲੱਭਣ ਚਲਿਆ ਜਾ ਮੁੜ ਕੇ ਲੱਭਦਾ ਕੋਈ ਨਹੀਂ। ਆਹ ਦੇਣਾ ਦਾਣੇ ਬਣਾਉਣ ਦੇ ਸਾਲ ਦੇ ਆਪਣੇ ਦਾਣੇ ਬਣਾਓ, ਵਾਢੀ ਕਰੋ, 6 ਕਿੱਲੇ ਵੱਢੋ ਤੇ ਆਪਣਾ ਘਰ ਦੇ ਦਾਣੇ। ਹਾਂਜੀ ਤੁਸੀਂ ਕਹਿੰਦੇ ਵੀ ਮਸ਼ੀਨਾਂ ਲਾਤੀਆਂ ਜ਼ਿਮੀਦਾਰਾਂ ਨੇ, ਹਾਰਵੈਸਟਰਾਂ ਦਾ ਜ਼ਿਮੀਦਾਰ ਵਿਚਾਰੇ ਕੀ ਕਰਨ, ਵਢਾਵਾ ਕੋਈ ਨਹੀਂ ਲੱਭਦਾ। ਅਸੀਂ ਤਾਂ ਕਹਿੰਦੇ ਆ ਹੱਥ ਨਾਲ ਵੱਢੀ ਜਾਵੇ, ਡੰਗਰਾਂ ਦੀ ਤੂੜੀ ਆ ਉਹ ਜਿਹੜੀ ਹੱਥ ਨਾਲ ਵੱਢ ਕੇ ਬਣਦੀ ਆ, ਉਹ ਮਸ਼ੀਨ ਵਾਲੀ ਤਾਂ ਬਣਦੀ ਨਹੀਂ ਬਣਦੀ। ਹਾਂ ਵੀ ਉਹ ਚੰਗੀ ਤੂੜੀ ਬਣੇ ਡੰਗਰਾਂ ਦੇ ਖਾਣ ਪੀਣ ਦੀ, ਤੇ ਸਾਰੇ ਜੀ ਪਾਕਿਸਤਾਨ ਨੂੰ ਪੂਰੇ ਦੁਨੀਆਂ ਦੇ ਜਿਹੜੇ ਜ਼ਿਮੀਦਾਰ ਆ ਪੰਜਾਬੀ ਆ ਜਿਹੜੇ, ਉਹਨਾਂ ਸਾਰਿਆਂ ਨੂੰ ਜੀ ਕਣਕ ਦੀ ਜਿਹੜੀ ਵਿਸਾਖੀ ਆ ਇਹ ਮੁਬਾਰਕ ਮੁਬਾਰਕ ਸਾਡੇ ਬਹੁਤ ਬਹੁਤ। ਉਹ ਕਹਿੰਦਾ ਜੀ ਕਹਿੰਦਾ ਕਣਕਾਂ ਪੱਕੀਆਂ ਵੱਜਣ ਢੋਲ ਵਿਸਾਖੀ ਤੇ, ਤੂੰ ਆ ਫੜਾ ਦੇ ਕੈਮਰਾ ਬਾਈ, ਕਣਕਾਂ ਪੱਕੀਆਂ ਵੱਜਣ ਢੋਲ ਵਿਸਾਖੀ ਤੇ, ਆਟਾ ਛਾਣ ਕੇ ਵਿੱਚ ਰਲਾਇਆ, ਸ਼ੀਦਾ ਮੀਦਾ ਗਾਮਾ ਤੀਫਾ, ਵਾਜਾਂ ਮਾਰ ਕੇ ਸੱਦੇ ਕੋਲ ਵਿਸਾਖੀ, ਕਣਕਾਂ ਪੱਕੀਆਂ ਵੱਜਣ ਢੋਲ ਵਿਸਾਖੀ।